ਪ੍ਰਧਾਨ ਜੀ ਸਾਡੇ ਰਾਜਾ ਵੜਿੰਗ ਜੀ ਪੰਜਾਬ ਕਾਂਗਰਸ ਸੀਨੀਅਰ ਲੀਡਰਸ਼ਿਪ ਚੀਫ ਸੈਕਟਰੀ ਸਾਹਿਬ ਕੋਲ ਗਏ, ਅਸੀਂ ਚਿੱਠੀ ਲਿਖੀ ਡੀਸੀ ਸਾਹਿਬ ਨੂੰ, ਇੱਕ ਵੀ ਕੋਈ ਉਹਦੇ 'ਤੇ ਐਕਸ਼ਨ ਨਹੀਂ ਲਿਆ ਗਿਆ। ਜੇ ਉਦੋਂ ਪਰਚਾ ਕੱਟਿਆ ਹੁੰਦਾ ਜੋ ਖਨੌਰੀ ਸ਼ੁਭਕਰਨ ਨਾਲ ਹੋਇਆ ਹੈ, 22 ਸਾਲ ਦੇ ਨੌਜਵਾਨ ਨਾਲ ਉਹਨੂੰ ਸ਼ਹਾਦਤ ਦੇਣੀ ਪਈ, ਉਹ ਕੰਮ ਨਾ ਹੁੰਦਾ। ਅੱਜ ਅਸੀਂ ਆਏ ਹਾਂ ਔਰ ਇਹਨਾਂ ਨੂੰ ਯਾਦ ਕਰਾਉਣ ਵੀ ਆਏ ਹਾਂ ਔਰ ਉਹਦੇ ਪੱਕੇ ਮੋਰਚੇ ਲਾਉਣ ਆਏ ਹਾਂ ਕਿ ਤੁਸੀਂ FIR ਦਰਜ ਕਰੋ। ਪਾਕਿਸਤਾਨ ਡਰੋਨ ਦੇ ਰਾਹੀਂ ਡਰੱਗਸ ਅਤੇ ਹੋਰ ਚੀਜ਼ਾਂ ਭੇਜਦਾ, ਇਹ ਹੁਣ ਹਰਿਆਣਾ ਕੰਮ ਕਰ ਰਿਹਾ ਅਤੇ ਇਹ ਲਾਪਰਵਾਹੀ ਤਾਂ ਪੰਜਾਬ ਪੁਲਿਸ ਦੀ ਹੈ। ਟੋਟਲੀ ਇਲੀਗਲ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਔਰ ਸਾਡੀ ਬਾਉਂਡਰੀ 'ਚ ਆ ਰਹੇ 326, 307, 300, ਹੁਣ ਤਾਂ 2, ਇਹ ਕਿਉਂ ਨਹੀਂ ਲੱਗ ਰਹੀਆਂ? ਕਿੱਥੇ ਹੈ ਪੰਜਾਬ ਸਰਕਾਰ? ਕਿਵੇਂ ਸਾਡੇ ਟਰੈਕਟਰ ਟਰਾਲੀਆਂ ਦਾ ਪੰਜਾਬ 'ਚ ਆ ਕੇ ਪੁਲਿਸ ਵਾਲੇ ਨੁਕਸਾਨ? ਹੁਣ ਖਬਰਾਂ ਆ ਰਹੀਆਂ ਨੇ ਕਿ ਸਾਡੇ ਨੌਜਵਾਨ ਉੱਧਰ ਅਗਵਾ ਕਰਕੇ ਹਰਿਆਣੇ ਵੱਲ ਨੂੰ ਲੈ ਕੇ ਗਏ ਨੇ, ਆਹ ਵੀ ਖਬਰਾਂ ਆ ਰਹੀਆਂ। ਇਹ ਕਿਹਨੇ ਠੀਕ ਕਰਨਾ ਹਾਲਾਤ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਅੱਜ ਪਟਿਆਲਾ ਵਿਖੇ ਯੂਥ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕਹਿੰਦੇ ਬਾਰਡਰਾਂ ਦੇ ਉੱਤੇ ਜੋ ਸਿਚੁਏਸ਼ਨ ਬਣ ਰਹੀ ਹੈ, ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਢਾਇਆ ਜਾ ਰਿਹਾ। ਸੋ ਪੰਜਾਬ ਦੀ ਹੱਦ ਦੇ ਅੰਡਰ ਆ ਕੇ ਹਰਿਆਣਾ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਅਤੇ ਗੋਲੀਬਾਰੀ ਕੀਤੀ ਜਾ ਰਹੀ, ਜਿਹਦੇ ਚੱਲਦੇ ਉਸ ਵਿਰੋਧ ਨੂੰ ਲੈ ਕੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਗਿਆ ਅਤੇ ਯੂਥ ਕਾਂਗਰਸ ਦੇ ਨੌਜਵਾਨ ਇੱਥੇ ਪਹੁੰਚੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੋਹਿਤ ਮਹਿੰਦਰਾ ਜੀ ਨਾਲ। ਦੇਖੋ, ਮਕਸਦ ਇਹ ਹੈ ਕਿ ਅਸੀਂ ਜਿੱਦਣ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਟੱਪ ਕੇ ਦਿੱਲੀ ਵੱਲ ਨੂੰ ਜਾ ਰਹੀਆਂ ਸਨ, ਸ਼ੰਭੂ ਬਾਰਡਰ 'ਤੇ ਉਹਨਾਂ ਨੂੰ ਰੋਕ ਲਿਆ ਗਿਆ ਔਰ ਉਹਨਾਂ 'ਤੇ ਤਸ਼ੱਦਦਾਂ, ਅਥਰੂ ਗੈਸ ਦੇ ਗੋਲੇ, ਜਿਹੜੀਆਂ ਰਬਰ ਬੁਲੇਟਸ ਹੈ, ਪੈਲੇਟਸ ਹੈ, ਉਹਨਾਂ 'ਤੇ ਮਾਰੀਆਂ ਗਈਆਂ ਸੀ। ਔਰ ਉਦਨ ਯੂਥ ਕਾਂਗਰਸ ਵੱਲੋਂ ਮੈਂ ਵੀ ਚਿੱਠੀ ਲਿਖੀ ਸੀ ਕਿ ਛੇਤੀ ਤੋਂ ਛੇਤੀ FIR ਹੋਣੀ ਚਾਹੀਦੀ ਹੈ, ਸੋ ਦੈਟ ਸਾਡੇ ਕਿਸਾਨਾਂ ਦਾ ਮੋਰਾਲ ਬੂਸਟ ਹੋਵੇ ਔਰ ਜਿਹੜਾ ਕੰਮ ਹਰਿਆਣਾ ਪੁਲਿਸ ਨੇ ਕੀਤਾ ਉਹਨਾਂ ਨੂੰ ਉਹਦੇ ਤੋਂ ਰੋਕਿਆ ਜਾਵੇ। ਉਹ ਨਹੀਂ ਹੋਇਆ। ਪ੍ਰਧਾਨ ਜੀ ਸਾਡੇ ਰਾਜਾ ਵੜਿੰਗ ਜੀ ਪੰਜਾਬ ਕਾਂਗਰਸ ਸੀਨੀਅਰ ਲੀਡਰਸ਼ਿਪ ਚੀਫ ਸੈਕਟਰੀ ਸਾਹਿਬ ਕੋਲ ਗਏ, ਅਸੀਂ ਚਿੱਠੀ ਲਿਖੀ DC ਸਾਹਿਬ ਨੂੰ, ਇੱਕ ਵੀ ਕੋਈ ਉਹਦੇ 'ਤੇ ਐਕਸ਼ਨ ਨਹੀਂ ਲਿਆ ਗਿਆ। ਔਰ ਇਨਫੈਕਟ ਜੇ ਉਦੋਂ ਪਰਚਾ ਕੱਟਿਆ ਹੁੰਦਾ ਜੋ ਖਨੌਰੀ ਸ਼ੁਭਕਰਨ ਨਾਲ ਹੋਇਆ ਹੈ, 22 ਸਾਲ ਦੇ ਨੌਜਵਾਨ ਨਾਲ ਉਹਨੂੰ ਸ਼ਹਾਦਤ ਦੇਣੀ ਪਈ, ਉਹ ਕੰਮ ਨਾ ਹੁੰਦਾ। ਸੋ ਇਸ ਕਰਕੇ ਅੱਜ ਅਸੀਂ ਆਏ ਹਾਂ ਔਰ ਇਹਨਾਂ ਨੂੰ ਯਾਦ ਕਰਾਉਣ ਵੀ ਆਏ ਹਾਂ ਔਰ ਉਹਦੇ ਪੱਕੇ ਮੋਰਚੇ ਲਾਉਣ ਆਏ ਹਾਂ ਕਿ ਤੁਸੀਂ FIR ਦਰਜ ਕਰੋ ਛੇਤੀ ਤੋਂ ਛੇਤੀ। ਔਰ ਮੈਂ ਪੁੱਛਣਾ ਚਾਹੁੰਦਾ, FIR ਦਰਜ ਹੋ ਕਿਉਂ ਨਹੀਂ ਰਹੀ? ਪਹਿਲੇ ਦਿਨ ਹੀ 326। ਔਰ ਹੈਰਾਨੀਓ ਗੱਲ ਇਹ ਹੈ ਕਿ ਖਨੌਰੀ ਵਾਲੀ FIR ਵੀ ਨਹੀਂ ਹੋਈ। ਅਸੀਂ ਤਾਂ ਸ਼ੰਭੂ ਵਾਲੀ ਕਹਿੰਦੇ ਸੀ ਅਤੇ ਸੋਚਿਆ ਸੀ ਖਨੌਰੀ ਵਾਲੀ ਹੋ ਜੂਗੀ, ਪਰ ਅਜੇ ਤੱਕ ਸ਼ੰਭੂ ਵਾਲੀ ਵੀ ਨਹੀਂ ਹੋਈ। ਪੰਜਾਬ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਪੰਜਾਬ ਦੇ ਹੱਦ ਵਿੱਚ ਗੋਲੇ ਟਿੱਗ ਰਹੇ ਨੇ, ਪੰਜਾਬ ਦੇ ਵਿੱਚ ਕਿਸਾਨ ਦੀ ਮੌਤ ਹੋ ਰਹੀ ਹੈ, ਅਜੇ ਤੱਕ FIR ਨਹੀਂ ਦਰਜ ਹੋਈ, ਪੋਸਟਮਾਰਟਮ ਤੱਕ ਨਹੀਂ ਹੋਇਆ। ਪਾਕਿਸਤਾਨ ਡਰੋਨ ਦੇ ਰਾਹੀਂ ਡਰੱਗਸ ਅਤੇ ਹੋਰ ਚੀਜ਼ਾਂ ਭੇਜਦਾ, ਇਹ ਹੁਣ ਹਰਿਆਣਾ ਕੰਮ ਕਰ ਰਿਹਾ ਅਤੇ ਇਹ ਲਾਪਰਵਾਹੀ ਤਾਂ ਪੰਜਾਬ ਪੁਲਿਸ ਦੀ ਹੈ। ਹੋਮ ਡਿਪਾਰਟਮੈਂਟ DGP ਸਾਹਿਬ ਔਰ CM ਸਾਹਿਬ ਕੋਲ ਹੈ, ਥੱਲੇ ਕੋਈ ਡਾਇਰੈਕਸ਼ਨ ਨਹੀਂ। ਜੇ ਕਾਂਗਰਸ ਪਾਰਟੀ ਦੇ ਲੀਡਰ ਕਹਿ ਸਕਦੇ ਹੈ ਕਿ ਜਾ ਕੇ FIR ਕਰੋ, ਇਹ ਜ਼ਿੰਮੇਵਾਰ ਪੋਲੀਟਿਕਸ ਹੈ, ਇਹ ਗੈਰ ਜ਼ਿੰਮੇਵਾਰਾਂ ਨਾਲ ਪੋਲੀਟਿਕਸ ਔਰ ਲਾਪਰਵਾਹੀ ਹੈ ਕਿ ਜੇ ਉਦਨ FIR ਹੋ ਜਾਂਦੀ ਤਾਂ
ਕਿਸਾਨਾਂ ਨੂੰ ਸ਼ਹਾਦਤ ਨਾ ਦੇਣੀ ਪੈਂਦੀ। ਹਰਿਆਣਾ ਪੁਲਿਸ ਹਰਿਆਣੇ ਫੌਜ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ? ਕੈਂਪ ਦੇ ਵਿੱਚ ਆ ਕੇ ਨਿਹੱਥੇ ਕਿਸਾਨਾਂ ਨੂੰ ਗਾਲੀਆਂ ਵੀ ਕੁੱਟਿਆ ਗਿਆ, ਇਹ ਕਿਸਾਨ ਦੀਆਂ ਲੱਤਾਂ ਵੀ ਤੋੜੀਆਂ ਗਈਆਂ, ਹਰਿਆਣੇ ਜਾ ਕੇ ਸੁੱਟਿਆ ਗਿਆ, ਉਹਨੂੰ ਕਿਵੇਂ ਦੇਖਦੇ ਹੋ? ਇਲੀਗਲ, ਟੋਟਲੀ ਇਲੀਗਲ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ। ਔਰ ਸਾਡੀ ਬਾਉਂਡਰੀ 'ਚ ਆ ਰਹੇ 326, 307, 300, ਹੁਣ ਤਾਂ 2, ਇਹ ਕਿਉਂ ਨਹੀਂ ਲੱਗ ਰਹੀਆਂ? ਕਿੱਥੇ ਆ ਪੰਜਾਬ ਸਰਕਾਰ? ਕਿਵੇਂ ਸਾਡੇ ਟਰੈਕਟਰ ਟਰਾਲੀਆਂ ਦਾ ਪੰਜਾਬ 'ਚ ਆ ਕੇ ਪੁਲਿਸ ਵਾਲੇ ਨੁਕਸਾਨ? ਹੁਣ ਖਬਰਾਂ ਆ ਰਹੀਆਂ ਨੇ ਕਿ ਸਾਡੇ ਨੌਜਵਾਨ ਉੱਧਰ ਅਗਵਾਹ ਕਰਕੇ ਹਰਿਆਣੇ ਵੱਲ ਨੂੰ ਲੈ ਕੇ ਗਏ ਨੇ, ਆਹ ਵੀ ਖਬਰਾਂ ਆ ਰਹੀਆਂ। ਇਹ ਕਿਹਨੇ ਠੀਕ ਕਰਨਾ ਹਾਲਾਤ? ਪੰਜਾਬ ਨੂੰ ਤਾਂ ਇਸ ਟਾਈਮ ਇਕੱਠੇ ਹੋਣਾ ਚਾਹੀਦਾ ਸੀ, ਪਰ ਪੰਜਾਬ ਸਰਕਾਰ ਦੀ ਲਾਪਰਵਾਹੀ ਦੇਖ ਕੇ ਸਾਨੂੰ ਆਹ ਕਰਨਾ ਪੈ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਮੈਂ ਅੱਗੇ ਅੱਗੇ ਅਗਵਾਈ ਕਰੂੰਗਾ, ਮੀਟਿੰਗ ਵੀ ਕਰੇ ਪਰ ਨਹੀਂ ਸਫਲ ਹੋ ਸਕੀਆਂ, ਫਿਰ ਕਿਸਾਨਾਂ ਵੱਲੋਂ ਕਹਿੰਦੇ ਸੀ ਕੂਚ ਕਰਾਂਗੇ ਸ਼ਾਂਤਮਈ ਢੰਗ ਦੇ ਨਾਲ, ਅਤੇ ਮੀਟਿੰਗ ਕੇਂਦਰ ਟੀਮਾਂ ਆਉਂਦੀਆਂ ਕਿ ਸਾਡਾ ਗੱਲਬਾਤ ਕਰੋ, ਪਹਿਲਾਂ ਕਿਉਂ ਨਹੀਂ ਯਾਦ ਆਈ ਉਹਨਾਂ ਨੂੰ ਜੀ? ਨਹੀਂ, ਮੈਂ ਤਾਂ ਕਹਿ ਰਿਹਾ ਜੀ ਕਿ ਭਗਵੰਤ ਮਾਨ ਸਾਹਿਬ ਉੱਥੇ ਐਜ਼ ਮੀਡੀਏਟਰ, ਪਹਿਲੀ ਗੱਲ ਹੈ ਉਹ ਮੇਰੇ ਖਿਆਲ 'ਚ ਉਹ ਠੀਕ ਨਹੀਂ ਮੰਨ ਰਹੇ ਕਿ ਮੀਡੀਏਟਰ ਭਗਵੰਤ ਮਾਨ ਸਾਹਿਬ ਆਪਣੇ ਆਪ ਨੂੰ ਉੱਥੇ ਕਹਿ ਰਹੇ ਨੇ ਜਾਂ CM ਸਾਹਿਬ ਕਹਿ ਰਹੇ ਨੇ ਉੱਥੇ ਆਪਣੇ ਆਪ ਨੂੰ ਮੀਡੀਏਟਰ। ਗੱਲ ਤਾਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਗੱਲ ਕਰਨੀ ਹੈ, ਪੰਜਾਬ ਗਵਰਨਮੈਂਟ ਔਰ ਪੰਜਾਬ ਅਸੀਂ ਉਹਨਾਂ ਨੂੰ ਸਪੋਰਟ ਕਰੀਏ, ਆਹ ਗੱਲ ਹੈ ਸਾਰੀ। ਰਾਹੁਲ ਗਾਂਧੀ ਵੱਲੋਂ MSP ਦਾ ਜ਼ਿਕਰ ਕੀਤਾ ਗਿਆ ਕਿ ਹੁਣ MSP ਅਸੀਂ ਕਾਂਗਰਸ ਦੇ ਮੈਨੀਫੈਸਟੋ ਵਿੱਚ ਲੈ ਕੇ ਆਵਾਂਗੇ, ਤੁਹਾਨੂੰ ਕੀ ਲੱਗਦਾ ਕਿ ਇਸ ਮੌਕੇ ਤੇ ਆ ਕੇ ਦੇਣ ਦੀ MSP ਗੱਲ ਸਹੀ ਹੈ? ਬਿਲਕੁਲ ਸਹੀ ਹੈ, ਉਹਨਾਂ ਦੀ ਜਿਹੜੀ ਜਿਹੜੇ ਸੂਬੇ 'ਚ ਜਿਹੜੀ ਜਿਹੜੀ ਸਰਕਾਰ ਬਣੀ ਹੈ, ਜਿਹੜੀ ਗਰੰਟੀ ਰਾਹੁਲ ਗਾਂਧੀ ਜੀ ਨੇ ਔਰ ਖੜਗੇ ਸਾਹਿਬ ਨੇ ਦਿੱਤੀ ਹੈ ਉਹ ਪੂਰੀ ਹੋਈ ਹੈ। ਸੇਮ ਗਰੰਟੀ, ਲੀਗਲ ਗਰੰਟੀ, MSP ਨੂੰ ਲੀਗਲ ਗਰੰਟੀ ਬਣਾਉਣ ਦਾ ਜਿਹੜਾ ਕਾਨੂੰਨ ਬਣਾਉਣ ਦੀ ਅਨਾਊਂਸਮੈਂਟ ਹੈ, ਬੜੀ ਸ਼ਲਾਘਾਯੋਗ ਹੈ, ਇਸ ਮੋਰਚੇ 'ਚੋਂ ਇਹ ਗੱਲ ਨਿਕਲ ਕੇ ਆਈ ਹੈ। ਔਰ ਧੰਨਵਾਦ ਕਰਦਾ ਮੈਂ ਤਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਕਿ ਇਹੋ ਜਿਹੀ ਅਨਾਊਂਸਮੈਂਟ ਕੀਤੀ ਹੈ। ਜਿਹੜੇ ਮੋਰਚਾ ਲੱਗੇ ਹੁਣ ਕਦ ਤੱਕ ਚੱਲੇਗਾ ਇਹ ਮੋਰਚਾ? ਇਹ ਚਲਾਵਾਂਗੇ, ਹੁਣ ਗੱਲ ਕਰਾਂਗੇ ਜਾ ਕੇ, ਹੋ ਸਕਦਾ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਵੀ ਆਉਣ, ਅਸੀਂ ਇੱਥੇ ਬੈਠੇ ਹਾਂ, ਜਦੋਂ ਸਾਰੇ ਸਾਡਾ ਜੱਥਾ ਆ ਗਿਆ ਉੱਥੇ ਜਾ ਕੇ ਗੱਲ ਕਰਾਂਗੇ ਕਿ ਪਰਚਾ ਕਿਉਂ ਨਹੀਂ ਕਰ ਰਹੇ, ਜਦੋਂ ਅਸੀਂ ਲਿਖ ਚੁੱਕੇ ਹਾਂ। ਇਹ ਵੀ ਨਹੀਂ ਕਹਿ ਸਕਦੇ ਵੀ ਧਿਆਨ ਨਹੀਂ, ਰਿਸੀਵਡ ਲੈਟਰ ਹੈ, DC ਸਾਹਿਬ ਨੂੰ ਰਿਸੀਵ ਹੋਇਆ ਹੋਇਆ ਲੈਟਰ ਹੈ, ਸੋ ਇਹ ਵੀ ਨਹੀਂ ਕਹਿ ਸਕਦੇ ਧਿਆਨ 'ਚ ਨਹੀਂ, ਧਿਆਨ 'ਚ ਅਸੀਂ ਲਿਆ ਤਾਂ ਸੀ। ਆਖਰੀ ਸਵਾਲ ਹੈ, ਤੁਸੀਂ ਕਹਿ ਰਾਹੁਲ ਗਾਂਧੀ ਵੀ ਲਗਾਇਆ ਅਸੀਂ MSP ਦੇਵਾਂਗੇ, ਸੋ ਦੂਜੇ ਪਾਸੇ ਪੰਜਾਬ ਸਰਕਾਰ ਦਾ ਟਰੋਲ ਹੋ ਰਿਹਾ ਕਾਫੀ ਨੂੰ ਲੈ ਕੇ ਵੀ 5 ਮਿੰਟਾਂ ਦੇ ਵਿੱਚ MSP ਦੇ ਦਾਂਗੇ, ਕਿਤੇ ਉਹ ਗੱਲ ਤਾਂ ਨਹੀਂ ਹੋ ਜਾਊਗੀ? ਹਾਸੋਹੀਣ ਸਿਚੁਏਸ਼ਨ ਬਣੀ ਹੋਈ ਹੈ, ਇਮੈਚਿਓਰ ਪੋਲੀਟਿਕਸ ਹੈ। ਕਿਉਂ ਕਹਿ ਰਹੇ ਹਾਂ ਕਿ ਵੀ ਤਜਰਬੇਕਾਰ ਲੋਕ ਚਾਹੀਦੇ ਪੰਜਾਬ ਨੂੰ ਚਲਾਉਣ ਲਈ, ਇੱਥੇ ਤਜਰਬਾ ਕਾਊਂਟ ਕਰਦਾ, ਇਸੇ ਲਈ ਸਾਰੀ ਲੀਡਰਸ਼ਿਪ ਜਾਂ ਚੀਫ ਸੈਕਟਰੀ ਸਾਹਿਬ ਕੋਲ ਪਹੁੰਚ ਗਈ ਸੀ, ਸਾਡੇ ਵਰਗਿਆਂ ਨੇ ਯੂਥ ਆਰਗੇਨਾਈਜੇਸ਼ਨ ਨੇ, ਅਸੀਂ DC ਨੂੰ ਹਰ ਪੱਧਰ 'ਤੇ ਅਸੀਂ ਕਰਤਾ ਸੀ ਕੰਮ, ਪਰ ਫਿਰ ਵੀ ਕੋਈ ਐਕਸ਼ਨ ਨਹੀਂ। ਹਾਸੋਹੀਣ ਸਿਚੁਏਸ਼ਨ ਬਣੀ ਪਈ ਹੈ, ਵਾਇਰਲ ਹੋਈ ਪਈ ਹੈ ਉਹ ਵੀਡੀਓ ਕਿ MSP 5 ਮਿੰਟ, ਆਹ 5 ਮਿੰਟਾਂ 'ਚ ਹੁੰਦਾ ਹੁੰਦਾ ਕੰਮ? ਇਹ ਤਾਂ ਬੜੀ ਸੰਜੀਦਗੀ ਵਾਲੇ ਬੜੇ ਸੈਂਸਿਟਿਵ ਇਸ਼ੂਜ਼ ਹੈ। ਸੋ ਜਿਵੇਂ ਤੁਸੀਂ ਸੁਣਿਆ, ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਵੱਲੋਂ ਸਰਕਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ, ਉਹਨਾਂ ਕਿਹਾ ਕਿ ਜੋ ਕਿਸਾਨਾਂ ਨਾਲ ਹੋ ਰਿਹਾ ਬਹੁਤ ਧੱਕਾ ਹੋ ਰਿਹਾ, ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਕਿਹਾ ਕਿ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ, ਜੋ ਖਨੌਰੀ ਬਾਰਡਰ ਦੇ ਉੱਤੇ ਸ਼ੁਭਕਰਨ ਸਿੰਘ ਦੀ ਮੌਤ ਹੋਈ ਆ, ਉਸ ਨੂੰ ਲੈ ਕੇ ਵੀ ਕਾਫੀ ਚਿੰਤਾ ਜਤਾਈ ਗਈ ਆ, ਤੇ ਇਹ ਕਹਿੰਦੇ ਲਗਾਤਾਰ ਅਸੀਂ ਉਹਨਾਂ ਦੇ ਹੱਕ ਦੇ ਵਿੱਚ, ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਧਰਨਾ ਦੇਵਾਂਗੇ। ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਰਹੋ D5 ਚੱਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ
सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ। ਤੁਹਾਡਾ ਆਪਣਾ ਪੰਜਾਬ ਡਿਬੇਟ ਪ੍ਰੋਗਰਾਮ ਜੋ ਤੁਸੀਂ D5 ਚੈਨਲ ਪੰਜਾਬੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਲਾਈਵ ਦੇਖਦੇ ਹੋ। ਇਹ ਪ੍ਰੋਗਰਾਮ ਅੱਜ ਮੌਜੂਦਾ ਕਿਸਾਨ ਅੰਦੋਲਨ ਤੇ ਹੋਵੇਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕ ਵੀ ਫੋਨ ਕਾਲ ਦੇ ਜ਼ਰੀਏ ਹਿੱਸਾ ਲੈ ਸਕਦੇ ਨੇ। ਫੋਨ ਕਰਨ ਲਈ ਸਾਡਾ ਨੰਬਰ ਹੋਵੇਗਾ 88725 88829।